ਕੀ ਕਹਿਣਾ ਚਾਹੋਗੇ ਅੱਜ ਵਾਰਡ ਨੰਬਰ 59 ਦੇ ਵਾਰਡ ਨੰਬਰ 59 ਦੇ ਵਿੱਚ ਬਹੁਤ ਹੀ ਵਧੀਆ ਅੱਜ ਮੀਟਿੰਗ ਹੋਈ ਹੈ ਬਹੁਤ ਵੱਡਾ ਸਮਰਥਨ ਕਿਰਨ ਬੰਸਲ ਨੂੰ ਮਿਲਿਆ ਮੈਨੂੰ ਉਮੀਦ ਹੈ ਕਿ ਇਹ ਸੀਟ ਅਸੀਂ ਬਹੁਤ ਵੱਡੀ ਗਿਣਤੀ ਵਿੱਚ ਜਿੱਤਾਂਗੇ ਔਰ ਜੋ ਬਠਿੰਡੇ ਦੇ ਵਿਕਾਸ ਪਹਿਲਾਂ ਬਠਿੰਡੇ ਦੇ ਵਿੱਚ ਹੋਇਆ ਆਉਣ ਵਾਲੇ ਟਾਈਮ ਵਿੱਚ ਉਸੇ ਤਰ੍ਹਾਂ ਵਿਕਾਸ ਹੁੰਦਾ ਰਹੇ ਸਾਡੀ ਇਹੀ ਕੋਸ਼ਿਸ਼ ਅੱਜ ਲਗਭਗ ਜਿੰਨੀਆਂ ਮੀਟਿੰਗਾਂ ਸੀ ਅੱਜ ਸਾਰੀਆਂ ਮੀਟਿੰਗਾਂ ਜਿਹੜੀਆਂ ਸਾਡੇ ਪਾਵਾਂ ਅਸੀਂ ਵਾਰਡ ਨੰਬਰ 10  'ਚ ਗਏ ਹਾਂ ਔਰ 42 'ਚ ਗਏ ਹਾਂ ਔਰ 49 ਦੇ ਵਿੱਚ ਇੱਥੇ ਕਿਰਨ ਬਾਲਾ ਜੀ ਦੀ ਬੰਸਲ ਜੀ ਦੀ ਮੀਟਿੰਗ 'ਚ ਲਗਭਗ ਲੋਕਾਂ ਦੇ ਵਿੱਚ ਇੱਕ ਮਨ ਬਣ ਗਿਆ ਲੋਕਾਂ ਦਾ ਕਿ ਅਸੀਂ ਜਿਹੜਾ ਹਾਊਸ ਹੈ ਦੁਬਾਰਾ ਫਿਰ ਸ਼੍ਰੋਮਣੀ ਅਕਾਲੀ ਦਲ ਦਾ ਬਣਾਉਣਾ ਮੇਅਰ ਬਣਾਉਣਾ ਲੋਕਾਂ ਦੀ ਆਵਾਜ਼ ਹੈ ਲੋਕਾਂ ਦਾ ਜੋਸ਼ ਹੈ ਔਰ ਲੋਕ ਆਪਦੀ ਆਪ ਆ ਕੇ ਜਿਹੜੀ ਪਬਲਿਕ ਹੈ ਮੈਂ ਉਹਨਾਂ ਸ਼ੁਕਰਾਨਾ ਕਰਦਾ ਅੱਜ ਜਿਹੜੇ ਬਠਿੰਡਾ ਵਾਸੀ ਨੇ ਉਹ ਅੱਜ ਵਿਕਾਸ ਨੂੰ ਵੋਟ ਪਾ ਰਹੇ ਡਿਵੈਲਪਮੈਂਟ ਨੂੰ ਵੋਟ ਪਾ ਰਹੇ ਹੈ ਔਰ ਮੈਂ ਕਹਿੰਦਾ ਕਿ ਲੋਕਾਂ ਜਾਗਰਤ ਆ ਗਏ ਕੋਈ ਬੰਦਾ ਝੂਠ ਬੋਲ ਕੇ ਬਠਿੰਡਾ ਵਾਸੀਆਂ ਦੀ ਵੋਟ ਨਹੀਂ ਲੈ ਸਕਦਾ ਔਰ ਅੱਜ ਜਿਹੜੇ ਲੋਕ ਹੈ ਉਹ ਦੇਖ ਰਹੇ ਹਨ 10 ਸਾਲ ਜਿਹੜੇ ਪਹਿਲਾਂ ਕੰਮ ਕੀਤੇ ਸਰਕਾਰ ਨੇ ਉਹਨੂੰ ਵੋਟ ਪੈ ਰਹੀ ਹੈ ਜਿਹੜੀ ਕਿਰਨ ਬਾਲਾ ਜੀ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਵੋਟਾਂ ਪੈਣਗੀਆਂ ਜੀ ਕੀ ਕਹਿਣਾ ਚਾਹੋਗੇ ਅੱਜ ਮੀਟਿੰਗ ਸੀ ਜਿਹੜਾ ਵੱਡੀ ਮੀਟਿੰਗ ਰੱਖੀ ਗਈ ਹਾਂਜੀ ਅਸੀਂ ਇੱਕ ਅੱਜ ਟੈਗੋਰ ਨਗਰ ਦੇ ਵਿੱਚ ਛੋਟੀ ਜਿਹੀ ਮੀਟਿੰਗ ਰੱਖੀ ਸੀ ਅਤੇ ਬਹੁਤ ਜ਼ਿਆਦਾ ਮਾਵਾਂ ਅਤੇ ਭੈਣਾਂ ਸਭ ਪਿਆਰ ਭਰਿਆ ਮਿਲਿਆ ਮੈਨੂੰ ਅਤੇ ਅਸੀਂ ਇੱਥੇ ਸਿੰਗਲਾ ਸਾਹਿਬ ਆਏ ਸੀ ਅਸੀਂ ਉਹਨਾਂ ਕੋਲੋਂ ਆਪਦੇ ਵਿਚਾਰ ਰੱਖੇ ਵੀ ਸਾਡੇ ਕਮਿਊਨਿਟੀ ਸੈਂਟਰ ਹੈ ਨਹੀਂਗਾ ਅਤੇ ਵੀ ਸਾਨੂੰ ਪਹਿਲੇ ਆਧਾਰ 'ਤੇ ਕਮਿਊਨਿਟੀ ਸੈਂਟਰ ਬਣਵਾਇਆ ਜਾਵੇ ਅਤੇ ਸਕਿਉਰਟੀ ਸਿਸਟਮ ਦਾ ਚੌਂਕੀ ਵਗੈਰਾ ਜਿਹੜੀਆਂ ਲੇਡੀ ਦੀਆਂ ਹਰ ਦੇਖੋ ਹਰ ਦਿਨ ਚੈਨਾ ਵਗੈਰਾ ਛੀਨੀਆਂ ਜਾ ਰਹੀਆਂ ਉਹਨਾਂ ਵਾਸਤੇ ਚੌਂਕੀ ਲਿਆਂਦੀ ਜਾਵੇ ਹਰ ਸਹੂਲਤਾਂ ਮਤਲਬ ਦਿੱਤੀਆਂ ਜਾਣਗੀਆਂ ਜਾਂ ਪਾਰਕਾਂ ਦੀਆਂ ਵੀ ਫੁੱਲ ਵੀ ਜਿਵੇਂ ਹਰਿਆਲੀ ਦਾ ਪੂਰਾ ਸਿਸਟਮ ਹਾਂਜੀ ਰਵੀ ਜੀ ਕੀ ਕਹਿਣਾ ਚਾਹੋਗੇ ਅੱਜ ਵੱਡੀ ਮੀਟਿੰਗ ਰੱਖੀ ਗਈ ਸੀ ਜਿਹੜੀ ਅੱਜ ਅਸੀਂ ਮਤਲਬ ਚੋਣ ਪ੍ਰਚਾਰ ਕਰ ਰਹੇ ਹਾਂ ਰੈਗੂਲਰ ਜਿਸ ਦਿਨ ਦੇ ਚੋਣਾਂ ਅਨਾਊਂਸ ਹੋਈਆਂ ਅਤੇ ਅੱਜ ਸਾਡੀ ਮੀਟਿੰਗ ਜਿਹੜੀ ਟੈਗੋਰ ਨਗਰ ਦੀ ਰੱਖੀ ਹੋਈ ਸੀਗੀ ਇਹਦੇ ਵਿੱਚ ਅਸੀਂ ਮਤਲਬ ਸਾਡੀ ਜਿਹੜੀ ਸੋਚ ਸੀਗੀ ਵੀ ਇੱਕ ਛੋਟੀ ਜਿਹੀ ਮੀਟਿੰਗ ਰੱਖਾਂਗੇ ਪਰ ਇੱਥੇ ਜਦੋਂ ਸਾਰੇ ਟੈਗੋਰ ਨਗਰ ਵਾਸੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਇਹਦੇ ਵਿੱਚ ਕੋਈ ਵੀ ਪਰਿਵਾਰ ਟੈਗੋਰ ਨਗਰ ਦਾ ਇੱਥੇ ਨਹੀਂ ਰਿਹਾ ਜਿਹੜਾ ਇੱਥੇ ਸਾਡੇ ਨਾ ਪਹੁੰਚਿਆ ਹੋਵੇ ਸਾਰਿਆਂ ਨੇ ਸਿੰਗਲਾ ਸਾਹਿਬ ਨੂੰ ਪੂਰਾ ਵਿਸ਼ਵਾਸ ਦਵਾਇਆ ਵੀ ਅਸੀਂ ਆਉਣ ਵਾਲੀ 14 ਤਰੀਕ ਨੂੰ ਕਿਰਨ ਬਾਂਸਲ ਨੂੰ ਹੀ ਵੋਟਾਂ ਪਾਵਾਂਗੇ ਅਤੇ ਆਉਣ ਵਾਲੀ 17 ਤਰੀਕ ਨੂੰ ਜਿਹੜਾ ਰਿਜ਼ਲਟ ਹੈ ਇਹ ਸਾਡੇ ਹੱਕ ਦੇ ਵਿੱਚ ਆਊਗਾ ਕਿਉਂਕਿ ਜਿਹੜਾ ਵੀ ਵਿਕਾਸ ਅਕਾਲੀ ਗੌਰਮੈਂਟ ਨੇ ਕਾਂਗਰਸ ਸਰਕਾਰ ਤੋਂ ਪਹਿਲਾਂ ਕੀਤਾ ਸੀ ਉਹ ਸਾਰੇ ਲੋਕਾਂ ਨੂੰ ਪੂਰੀ ਤਰ੍ਹਾਂ ਯਾਦ ਹੈ ਔਰ ਲੋਕ ਹੁਣ ਕਾਂਗਰਸ ਤੋਂ ਪੂਰੀ ਤਰ੍ਹਾਂ ਤੰਗ ਆ ਚੁੱਕੇ ਹੈ ਕਿਉਂਕਿ 4 ਸਾਲਾਂ ਦੇ ਵਿੱਚ ਬਠਿੰਡੇ ਦਾ ਕੋਈ ਇਹਨਾਂ ਨੇ ਵਿਕਾਸ ਨਹੀਂ ਕਰਵਾਇਆ ਕੋਈ ਕਿਸੇ ਤਰ੍ਹਾਂ ਦਾ ਵਿਕਾਸ ਨਾ ਹੋਣ ਕਰਕੇ ਆਉਣ ਵਾਲੇ ਜਿਹੜੇ ਅਗਲੇ 10 ਮਹੀਨੇ ਹੈ ਇਹ ਸਰਕਾਰ ਨੇ ਚਲੇ ਜਾਣਾ ਅਕਾਲੀ ਦਲ ਦੇ ਹੱਥ ਵਿੱਚ ਫਿਰ ਪਾਵਰ ਆ ਜਾਣੀ ਹੈ ਪੰਜਾਬ ਸਰਕਾਰ ਅਕਾਲੀ ਦਲ ਦੀ ਬਣ ਜਾਏਗੀ ਫਿਰ ਅਸੀਂ ਜਿਵੇਂ ਪਹਿਲਾਂ ਵਿਕਾਸ ਹੋਇਆ ਸੀ ਉਸ ਤੋਂ ਵੀ ਵੱਧ ਸਪੀਡ ਨਾਲ ਵਿਕਾਸ ਕਰਾਵਾਂਗੇ ਹੁਣ ਚੋਣਾਂ ਹੋਣ ਤੋਂ ਬਾਅਦ ਮੇਅਰ ਸਾਹਿਬ ਸਾਡੇ ਬਣ ਜਾਣਗੇ ਅਕਾਲੀ ਦਲ ਦਾ ਹਾਊਸ ਬਣ ਜੂਗਾ ਸਾਡੇ ਵਾਰਡ ਦੀਆਂ ਕੁਝ ਪ੍ਰੋਬਲਮਾਂ ਹੈਗੀਆਂ ਉਹ ਅਸੀਂ ਸਿੰਗਲਾ ਸਾਹਿਬ ਦੇ ਨੋਟਸ ਵਿੱਚ ਲਿਆਤੀਆਂ ਜਿਵੇਂ ਇੱਧਰ ਆਪਣੇ ਸੰਤਪੁਰ ਰੋਡ 'ਤੇ ਵਾਟਰ ਦਾ ਜੋ ਸਿਸਟਮ ਹੈ ਬਹੁਤ ਕਮਜ਼ੋਰ ਹੈ ਪਾਣੀ ਭਰ ਜਾਂਦਾ ਉਹਦੇ ਵਾਸਤੇ ਵੀ ਸਿੰਗਲਾ ਸਾਹਿਬ ਨੂੰ ਕਿਹਾ ਸਾਡੇ ਕਮਿਊਨਿਟੀ ਸੈਂਟਰ ਵੀ ਨਹੀਂ ਹੈ ਲੋਕਾਂ ਨੂੰ ਬਹੁਤ ਦੂਰ ਮਾਡਲ ਟਾਊਨ ਤੱਕ ਜਾਣਾ ਪੈਂਦਾ ਉਹਦੇ ਵਾਸਤੇ ਵੀ ਇਹਨਾਂ ਨੂੰ ਜਾਣੂ ਕਰਾਇਆ ਵੀ ਇਹ ਸਾਡੀ ਬਹੁਤ ਜ਼ਰੂਰਤ ਹੈ ਜੀ ਟੀ ਰੋਡ 'ਤੇ ਗ੍ਰੀਨ ਐਵਨਿਊ ਸਾਡੀ ਕਲੋਨੀ ਪੈਂਦੀ ਹੈ ਉੱਥੇ ਫਿਸ਼ ਮਾਰਕੀਟ ਹੈ ਸਾਡੀ ਜਿਹੜੀ ਅਗਰਵਾਲ ਫੈਮਲੀਜ਼ ਹੈਗੀਆਂ ਇੱਥੇ ਸਾਰੇ ਵਾਰਡ ਦੀਆਂ ਜਿਹੜਾ ਕਿ ਇਸ ਚੀਜ਼ ਤੋਂ ਬਹੁਤ ਨਫ਼ਰਤ ਕਰਦੀਆਂ ਅਤੇ ਜਦੋਂ ਕੋਈ ਸਾਡਾ ਰਿਸ਼ਤੇਦਾਰ ਉੱਧਰ ਦੀ ਐਂਟਰ ਕਰਦਾ ਸਭ ਤੋਂ ਪਹਿਲਾਂ ਉਹਨੂੰ ਮੱਛੀਆਂ ਅਤੇ ਸ਼ਰਾਬ ਦੇ ਦਰਸ਼ਨ ਹੀ ਹੁੰਦੇ ਹੈ ਇਸ ਕਰਕੇ ਸਿੰਗਲਾ ਸਾਹਿਬ ਦੇ ਧਿਆਨ ਦੇ ਵਿੱਚ ਇਹ ਵੀ ਲਿਆਂਦਾ ਕਿਉਂਕਿ ਨੀਟ ਐਂਡ ਕਲੀਨ ਇਸ ਵਾਰਡ ਨੂੰ ਅਸੀਂ ਬਣਾਉਣਾ ਹੈ ਸਿਕਿਉਰਟੀ ਸਿਸਟਮ ਸਟਰੋਂਗ ਕਰਾਂਗੇ ਇਹਦੇ ਵਾਸਤੇ ਵੀ ਸਿੰਗਲਾ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਫੈਂਸੀ ਗੇਟਿੰਗ ਕਰਾਉਣੀ ਹੈ ਲਾਈਟਿੰਗ ਵਾਲੇ ਗੇਟ ਲਵਾਉਣੇ ਹੈ ਕੈਮਰੇ ਲਗਵਾਵਾਂਗੇ ਪੂਰਾ ਵਾਰਡ ਨੂੰ ਗ੍ਰੀਨਰੀ ਵੀ ਲਗਾਉਣੀ ਹੈ ਪੂਰੇ ਵਾਰਡ ਨੂੰ ਅਸੀਂ 50 ਵਾਰਡਾਂ ਦੇ ਵਿੱਚੋਂ ਇੱਕ ਨੰਬਰ 'ਤੇ ਲਿਆਉਣਾ ਹੈ ਅਤੇ ਮੇਰੀ ਅਪੀਲ ਹੈ ਹੁਣ ਜਿੰਨੇ ਵੀ ਸਾਡੇ ਵੋਟਰ ਹੈ ਪੂਰੇ ਮੇਰੀ ਮਿਸਿਜ ਕਿਰਨ ਬਾਂਸਲ ਨੂੰ ਵੋਟ ਦੇਣ ਤਾਂ ਕਿ ਇਹ ਜਿੱਤ ਕੇ
17 तरीक नूं जित के ये हाउस में पहुँचन ते साडे वार्ड दीआं प्रॉब्लमां हाउस में डिस्कस करन डिस्कस करन तों बाद उहदे नाल उहदीआं ग्रांटां जो भी अगे सिस्टम है उहनूं असीं इंप्लीमेंट कराईए फ्रेंडली माहौल बनावांगे वार्ड नूं एक नंबर ते लियावांगे। ये मेरा सारे मेरे टैगोर नगर दे सारे निवासियों नूं सारे पूरे मेरे वार्ड निवासियों नूं ये मेरा भरोसा है यकीन है ये करके असीं दिखावांगे। बिल्कुल जी वार्ड नंबर जिहड़ा 59 सर पक्की विकास की गल की है रवि जिहड़े बंसल इन्हां दे वाइफ है जिहड़ी पत्नी किरण बंसल टैगोर नगर दे विच मीटिंग रखी गई जिते सबका विधायक सुरचन सिंगला ते सबका मेयर बलवंत राय नाथ उन्होंने संबोधन किया ते वार्ड वासियों नूं विश्वास। अगर आपने हमारे चैनल को सब्सक्राइब नहीं किया है तो इसे सब्सक्राइब कर लें।